봤어도 돼. माई तू किधर जेवर लाके तुरी फिरनी है उरे फड़ा जेवर अब प्यू 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 अब तेरे पुत्र ने बैठे मारे तेरे बैठे मारे एक गड्डी भी लुटला ट्रेन भी लुटला अभी टप्पा लुटला पिछले टप्पे दो बोतल दे या अब प्यू अब प्यू बच्ची का थाने ताला क्योंकि मेरे को नहीं पछिया जाता और तू किधर चले हैं जालम जगीरदारा ओए चौधरी आज सारी जिंदगी लोकां दियां धियां भैणां सिर तों दुपट्टे ला के अद्धी कीमत ते वेचदा रहे हैं ओ कादा रौला जे मैं फायरिंग कर देंगा जी कादा रौला शहजादा ठीक है तू भी शहजादा ओ चौधरी हाथ उच्चे कर ओए दानिश क्या है इहदी कछां दी कुलदारी कर इहदी लाश नूं इत्थे ही पिया रहिंदे वो क्यों कल्लू पहलवान दानिश क्या है तुम्हें इल्म नहीं है क्या ये इलाका मेरी नानी की मिल्कियत है सही कह रहे हो पहलवान जी कान मैंने ताड़ा हाँ अल्लाह माफ करे ओए दा मुंह तो देखो जरा ओए इतना सीधा मुंह इन्हें कल खरबूजे वाले का जुतियां खा दिया अच्छा ओदा खरबूजा सूंगन लगे चीरता ऐसी कोई आम बंदे पागला बेवकूफा बेइज्जती करना ਉਹਦੀ ਮਲਾ ਮਛੇਰੇ ਦੱਸੋ ਜਰਾ ਮਲਾ ਮਛੇਰੇ ਬਹੁਤ ਇੱਜ਼ਤ ਕਰਦੇ ਉਹਦੀ ਉਹ ਕਿਉਂ ਉਹ ਕਹਿੰਦੇ ਇਹਦਾ ਮੂੰਹ ਕਿਸ਼ਤੀ ਵਰਗਾ ਬੜਾ ਆਨ ਵੀ ਕੋਈ ਆਮ ਪਹਿਲਵਾਨ ਨਹੀਂ ਹੈ ਮੈਂ ਤੈਨੂੰ ਦੱਸ 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 ਇਹਨੂੰ ਦੱਸੋ ਦੱਸ ਇਹਨੂੰ ਪਹਿਲਵਾਨ ਓਏ ਓਏ ਕੱਲ ਟਾਂਗੇ ਦੇ ਮਗਰ ਅੱਧਾ ਘੰਟਾ ਪਹਿਲਵਾਨ ਨਸਿਆ ਅੱਛਾ ਓਏ ਓਏ ਨਸ ਨਸ ਕੇ ਦੱਸ ਜ਼ਰਾ ਪਹਿਲਵਾਨ ਦਾ ਦੱਸ ਨੂੰ ਪਹਿਲਵਾਨ ਕੋਈ ਆਮ ਬੰਦਾ ਬੇਵਕੂਫਾ ਅੱਛਾ ਜੀ ਪਹਿਲਵਾਨ ਬੰਦਾ ਵੜ ਛੱਡਦਾ ਹੁੰਦਾ ਜੀ ਅੱਛਾ ਕੱਲ ਟਾਂਗੇ ਦੇ ਮਗਰ ਅੱਧਾ ਘੰਟਾ ਪਹਿਲਵਾਨ ਨਸੇ ਅੱਛਾ ਉਹਨੇ ਵੀ ਨਹੀਂ ਬਾਇਆ ਆਮ ਬੰਦਾ ਨਹੀਂ ਪਹਿਲਵਾਨ ਮੈਂ ਤੈਨੂੰ ਦੱਸ ਦੇਵਾਂ ਇਹਨੂੰ ਦੱਸ ਬੰਦਾ ਕੋੜਿਆਂ ਵਾਲੀ ਗੱਲ ਦੱਸ ਕੋੜਿਆਂ ਵਾਲੀ ਕੋੜਿਆਂ ਵਾਲੀ ਪਹਿਲਵਾਨ ਨੂੰ 100 ਕੋੜਿਆਂ ਦੀ ਸਜ਼ਾ ਹੋਈ ਹੈ ਅੱਛਾ ਪਹਿਲਵਾਨ ਨੂੰ ਉਸ ਬੰਦੇ ਨੇ ਇੱਕ ਕੋੜਾ ਨਹੀਂ ਮਾਰਿਆ ਉਹ ਕਿਉਂ ਭਾਈ ਬੰਦਾ ਆਵੇ ਨੇੜੇ ਆਵੇ ਤੇ ਇਹੀ ਕਰਕੇ ਦੇ ਵਾਪਸ कोड़े मार लगे तो मेरा प्यो लगे तो मारे ने डेढ़ सौ मारिया ने डेढ़ सौ ਉਸ 150 ਕੋੜਾ ਮਾਰਿਆ ਤੇ ਤੁਸੀਂ ਅਗੂ ਬੋਲੇ ਨਹੀਂ ਨਹੀਂ ਮੱਥਾ ਲਾਇਆ ਪੂਰਾ ਪੂਰਾ ਅੱਛਾ ਜੀ ਜਦੋਂ ਮੈਨੂੰ ਪਹਿਲਾ ਕੋੜਾ ਵਜਿਆ ਮੈਂ ਗੱਜਿਆ ਸ਼ੇਰ ਨੂੰ ਫੇਰ ਮੈਂ ਕਿਹਾ ਜੇਲਰ ਫੇਰ ਉਹ ਕੁਝ ਪੇੜਾ ਮਾਰਨਾ ਪਿਆ ਮੈਂ ਕਿਹਾ ਤੇ ਹੱਥੀ ਖੁੱਲ ਗਿਆ ਜੇਲਰ ਦਾ ਮਜ਼ਾਕ ਹੋਇਆ ਸਹੀ ਗੱਲ ਹੈ ਬੜੇ ਬਦਤਮੀਜ਼ ਹੁੰਦੇ ਆ ਪਹਿਲਵਾਨ ਪਹਿਲਵਾਨ ਕੋਈ ਆਮ ਆਦਮੀ ਨਹੀਂ ਓ ਹੋਏ ਮੈਂ ਜਾਣਨਾ ਪਹਿਲਵਾਨ ਨੂੰ ਐ ਚੁਜਰਾ ਵਾਲੇ ਆ ਗੋਲਾਂ ਦੇ ਚਾਹ ਟਰਸਟ ਪਲਾ ਦਾ ਅੱਛਾ ਸਾਰੇ ਆਸੇ ਪਾਸੇ ਦੁਨੀਆ ਇਕੱਠੀ ਹੋਈ ਰੌਲਾ ਪਾਇਆ ਬਿਲਡਿੰਗ ਚ ਬੰਬ ਜੇ ਬਿਲਡਿੰਗ ਚ ਕੋਈ ਨਾ ਜਾਵੇ ਉਹ ਬੰਬ ਜੇ ਬਿਲਡਿੰਗ ਚ ਫੇਰ ਪਹਿਲਵਾਨ ਗਿਆ ਫਿਰ ਉੱਥੇ ਵਾਹ ਵਾਹ ਫੇਰ ਫਿਰ ਮੈਂ ਵੀ ਆਸੇ ਪਾਸੇ ਵੇਖ ਕੇ ਰੌਲਾ ਪਾਤਾ ਬੰਬ ਜੇ ਉਹ ਕਿਉਂ ਉਹ ਤੇ ਹੈ ਹੀ ਬੰਬ ਸਿਆਰਾ ਦਾ ਉਹ ਬੰਬ ਫੜਨ ਵਾਲੀ ਟੀਮ ਆਈ ਫਿਰ ਸਾਹ ਸਾਹ ਆਇਆ ਉਹ ਪਹਿਲਵਾਨ ਬੜਾ ਵੱਡਾ ਬਦਮਾਸ਼ ਹੈਗਾ ਜੇ ਆ ਪਹਿਲਵਾਨ ਨੂੰ ਮੈਂ ਪੈਸੇ ਦਿੱਤੇ ਜੰਗਲ ਚ ਬੰਦਾ ਮਾਰ ਕੇ ਆ ਪਹਿਲਵਾਨ ਜੰਗਲ ਚ ਗਿਆ ਸਾਹਮਣੇ ਉਹ ਸ਼ੇਰ ਆਇਆ ਪਹਿਲਵਾਨ ਨੇ ਸ਼ੇਰ ਦੇ ਮੂੰਹ ਚ ਹੱਥ ਪਾ ਕੇ ਸ਼ੇਰ ਚੀਰਤਾ ਰੀਛਾ ਆ ਉਹ ਵੀ ਚੀਰਤਾ ਹਾਥੀ ਆਇਆ ਉਹ ਵੀ ਚੀਰਤਾ ਉਹ ਤੇ ਦੁਕਾਨਦਾਰ ਦੇ ਕੁੱਤੇ ਕੁੱਤੇ ਦੇ ਪੁੱਤਰਾ ਮੇਰੇ ਖਿਡੌਣੇ ਪਾੜਨ ਦੇ ਧਿਆਨ ਨਾਲ ਗੱਲ ਕਰੀ ਇਹ ਸਾਰੀ ਜ਼ਮੀਨ ਇਹਦੀ ਨਾਨੀ ਦੀ ਆ ਕਿਹੜੀ ਆ ਜਿਸੇ ਤੂੰ ਰਹਿ ਰਹੇ ਆ ਪਹਿਲਵਾਨ ਤੇਰੀਆਂ ਜ਼ਮੀਨਾਂ ਵੀ ਨੇ ਹਾਂ ਤੇ ਅਸੀਂ 27 ਮੰਜ਼ਲਾ ਪਲਾਜ਼ਾ ਬਣਾਣਾ ਹੈ ਕਿਹੜਾ ਸਾਰੇ ਮਕਾਨ ਢਾ ਕੇ 27 ਮੰਜ਼ਲਾ ਪਲਾਜ਼ਾ ਬਣਾਣਾ ਸੀ ਪਹਿਲਵਾਨ ਜੀ 27 ਮੰਜ਼ਲਾ ਜੇ ਪਲਾਜ਼ਾ ਬਣਾਓ ਹਾਂ ਤੇ ਵਿੱਚ ਜਹਾਜ਼ ਵੱਜ ਜਾਵੇ ਤੇ ਮੁੜ ਆ ਕਿਹਦੀ ਜ਼ਰੂਰਤ ਹੈ ਸਾਡੇ ਮੱਲੇ ਜਹਾਜ਼ ਲੈ ਕੇ ਆਓ ਆ ਨਿਕਲ ਜਾ ਜਹਾਜ਼ ਲੈ ਕੇ ਨਹੀਂ ਤੇਰੇ ਜਹਾਜ਼ ਦੀ ਹਵਾ ਕੱਢ ਦੇਣਗੇ
ਡੇਲੇ ਪਾੜ ਕੇ ਕੀ ਵੇਖਣਾ ਜਹਾਜ਼ ਲਈ ਫਿਰਨੇ ਪਿਛਰਮਾ ਔਰ ਪਿਓ ਤੇਰਾ ਸਾਰੀ ਜ਼ਿੰਦਗੀ ਸਾਈਕਲ ਤੇ ਗੱਡੇ ਵੇਖਦਾ ਰਹੇ ਭਲਵਾਨ ਆਮ ਆਦਮੀ ਮੈਂ ਤੈਨੂੰ ਦੱਸ ਦੇ ਅੱਛਾ ਤੂੰ ਕਿਹੜੀ ਸੇਤ ਨਾਲ ਗਨਮੈਨ ਭਰਿਆ ਫਿਰਨਾ ਯਾਰ ਕੀ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਦੱਸੋ ਜਰਾ ਦੱਸੋ ਇਹਨੂੰ ਓਏ ਆਪਣਾ ਹੈ ਕੋਈ ਆਮ ਬੰਦਾ ਚਲਾ ਬੰਦਾ ਮੂੰਹ ਵੇਖ ਕਿੱਡਾ ਤਿੱਖਾ ਹੀ ਆਇਆ ਇਹ ਤਾਂ ਸਿੱਧੀ ਫੋਟੋ ਵੀ ਲਵਾਉਂਦਾ ਨਾ ਸਾਈਡ ਪੋਜ਼ ਲੱਗਦਾ ਹਾਂਜੀ ਇਹ ਕੀ ਗੱਲ ਮੈਂ ਕਰਦੇ ਕਈ ਮੱਥੇ ਲਾਏ ਤਿੰਨ ਘੰਟੇ ਮੱਥਾ ਧੋਂਦਾ ਰਿਹਾ ਪਲਵਾਨ ਆਮ ਬੰਦਾ ਨੀ ਹੋਟਲ ਤੇ ਲੜਾਈ ਹੋ ਪਈ ਸਾਡੀ ਅੱਛਾ ਉਹਨਾਂ ਨੇ ਕਸਮ ਚੁੱਕ ਲਈ ਉਹਨੇ ਕਿਹਾ ਪਲਵਾਨ ਆਪਣਾ ਭਾਂਡਾ ਲਿਆ ਤੇ ਮੁੜ ਸਾਲਨ ਪਾਵਾ ਪਲਵਾਨ ਆਮ ਬੰਦਾ ਨੀ ਇਹ ਜਿਹੜੀ ਪਲਵਾਨ ਦੀ ਗੋਲ ਨਾਲ ਚੌਂਕ ਲੜਾਈ ਹੋਈ ਓਏ ਹੋਏ ਪਲਵਾਨ ਬੰਦੇ ਨੂੰ ਮਾਰ ਕੇ ਘਰ ਆ ਗਿਆ ਪਿੱਛੋਂ ਬੰਦਿਆਂ ਨੇ ਪਲਵਾਨ ਦੇ ਘਰ ਫਾਇਰਿੰਗਾਂ ਕੀਤੀਆਂ ਬੂਹੇ ਬੰਦੇ ਪਲਵਾਨ ਨਹੀਂ ਨਿਕਲਿਆ ਉਹ ਪਤਾ ਕਿਉਂ ਉਹ ਤੇ ਫਿਰ ਪਰਚਾਈ ਤਿੰਨ ਘੰਟੇ ਨੱਚੀ ਤੇ ਜਾਨ ਛੁੱਟ ਗਈ ਬਾਹਰ ਬੰਦੇ ਕੋਲ ਛੱਲੀ ਲਈ ਇਹਦੇ ਕੋਲ ਪੈਸੇ ਕੋਈ ਨਾ ਸਲਿੱਕਰ ਹੀ ਮਾਰੇ ਪਿਸਤੌਲ ਹੀ ਖੋ ਲਿਆ ਲੇਕਿਨ ਡਰਿਆ ਨਹੀਂ ਆ ਮੈਂ ਅੱਛਾ ਮੇਰੀ ਛੂਟ ਇਸ ਤੋਂ ਵੀ ਤੇਜ਼ ਅੱਛਾ ਹਾਂ ਪਲਵਾਨ ਨੂੰ ਬੰਦੇ ਪੈ ਗਏ ਛੇ ਅੱਛਾ ਪਲਵਾਨ ਗੇਰ ਕੇ ਗਟਰ ਤੇ ਲੈ ਅੱਛਾ ਅਸੀਂ ਖਿਲਾਰ ਕੇ ਗਟਰ ਦਾ ਢੱਕਣ ਚਾਹ ਕੇ ਤੇ ਗੰਦ ਪਾਵਣ ਲੱਗ ਪਏ ਨਸ ਗਏ ਕਿਉਂ ਜੀ ਪਲਵਾਨ ਜੀ ਆਹ ਲੜਾਈ ਲੜਾਈ 'ਚ ਜਿਹੜਾ ਦਾਅ ਚੱਲ ਜਾਏ ਉਹ ਕਾਮਯਾਬ ਹੁੰਦਾ ਹੈ ਬੜਾ ਵੱਡਾ ਬਦਮਾਸ਼ ਹੈ ਅੱਲਾ ਮਾਫ ਕਰੇ ਪਲਵਾਨ ਤੇ ਕਬਰਸਤਾਨ 'ਚ ਲੱਗੇ ਮੁਰਦੇ ਚੀਕਾ ਮਾਰ ਕੇ ਉੱਠਿਆ ਨੇ ਉਹ ਕਿਉਂ ਯਾ ਅੱਲਾ ਇਸ ਹਿਸਾਬ ਦਾ ਤੇ ਤੂੰ ਦੱਸਿਆ ਹੀ ਨਹੀਂ ਬਾਹਰ ਨਿਕਲੋ ਸੋਹਣੀ ਆਵਾਜ਼ ਚੱਲਣ ਦੀ ਬਾਹਰ ਨਿਕਲੋ ਧਿਆਨ ਨਾਲ ਗੱਲ ਕਰੀ ਧਿਆਨ ਨਾਲ ਗੱਲ ਕਰੀ ਉਹ ਚ ਬਾਬੇ ਆਉਂਦੇ ਨੇ ਹੈ ਮੈਂ ਤੇਰੇ ਨੱਕ ਦੇ ਕੱਪੜੇ ਟਾਂਗ ਕੇ ਦੌੜ ਜਾਣਾ ਹੀ ਮੈਂ ਗੋਲੀ ਤੇਰੀਆਂ ਨਸਾਂ ਦੇ ਵਿੱਚ ਮਾਰ ਦੇਣੀ ਉਹ ਗੋਲੀ ਜ਼ਾਇਆ ਕਰਨੀ ਆਪਣਾ ਮੂੰਹ ਚ ਭੋਲੇ ਮੈਂ ਮਰ ਜਾਣਾ ਹੈ ਉਹ ਪਲਵਾਨ ਅੱਛਾ ਪਲਵਾਨ ਵਾਰੀ ਦੱਸ ਗੋਲੀ ਚੱਲਦੀ ਕਿੱਥੋਂ ਇਹਨੂੰ ਨਹੀਂ ਪਤਾ ਲੱਗਣਾ ਭੱਜ ਕੇ ਘਰੋਂ ਪੁੱਛਿਆ ਉਹ ਚਲਾਉਂਦੇ ਪਲਵਾਨ ਕੋਲ ਸਾਰੀ ਆ ਉਹ ਮੈਨੂੰ ਆਪ ਨਹੀਂ ਪਤਾ ਤੈਨੂੰ ਮੈਂ ਕੀ ਦੱਸਾਂ ਲੋਕੀ ਕੱਪੜਿਆਂ ਦੀ ਮੈਚਿੰਗ ਕਰਦੇ ਆ ਉਹਨੇ ਜੁੱਤੀ ਦੀ ਮੂੰਹ ਨਾਲ ਕੀਤੀ ਆ ਕਰੀਮ ਨਹੀਂ ਲਾਉਂਦਾ ਇੱਥੋਂ ਇੰਜ ਕਰਕੇ ਨਾ ਇੰਜ ਕਰ ਦਿੰਦਾ ਔਰ ਮੁਤਮਿਨ ਖਲੋਤਾ ਜਿਸ ਤਰ੍ਹਾਂ ਸਾਰੇ ਗਟਰ ਕੱਢ ਆਇਆ ਇੱਕ ਚੂੜਾ ਗਟਰ ਕੱਢਣ ਡਿਆ ਕੋਲ ਖਲੋ ਗਿਆ ਕਹਿੰਦਾ ਭਾਅ ਜੀ ਤਿੰਨ ਰੋਟੀਆਂ ਮੇਰੀਆਂ ਵੀ ਲਾ ਦੇਣਾ ਆਉਂਦੇ ਹੀ ਪੈ ਗਿਆ ਆਪਣਾ ਤਾਰਫ ਤੇ ਕਰਾ ਤਾਰਫ ਅੱਲਾ ਦੀ ਜ਼ਾਤ ਕਰਾਉਂਦੀ ਆ ਤੂੰ ਡਿੱਗ ਪੈਂਦਾ ਹੈ ਇਸ਼ਾਰਾ ਬੰਦ ਆ ਨਾਲ ਦੀ ਗਲੀ ਥਾਣੀ ਹੋ ਜਾ ਇਹ ਵੀ ਜਹਾਜ਼ ਚ ਬੈਠਾ ਅੱਛਾ ਇਹਨੂੰ ਅੱਧੇ ਘੰਟੇ ਬਾਅਦ ਉਹਨਾਂ ਛਿੱਤਰ ਮਾਰ ਕੇ ਲਾਤਾ ਮੈਂ ਕਿਹਾ ਕੀ ਹੋਇਆ ਕਹਿੰਦੇ ਭਾਅ ਜੀ ਇਹਦੇ ਜਹਾਜ਼ ਉੱਡਿਆ ਉੱਠ ਕੇ ਫੱਕੀ ਵੇਚਣ ਲੱਗ ਪਿਆ ਬਾਥਰੂਮ ਦੇ ਵਿੱਚ ਵੜਿਆ ਤੇ ਬੰਦਾ ਪਹਿਲੇ ਵੀ ਬੈਠਾ ਸੀ ਉਹਨੂੰ ਕਹਿੰਦਾ ਅੱਗੇ ਹੋ ਜਾ ਡਬਲ ਸਵਾਰੀ ਖੁੱਲ ਗਈ ਮੈਂ ਗਿਆ ਡਬਲ ਸਵਾਰੀ ਖੁੱਲ ਗਈ ਅੱਗੇ ਹੋ ਜਾ ਫਿਰ ਅੱਗੇ ਮੈਂ ਤੈਨੂੰ ਕੀਤਾ ਕਿ ਨਹੀਂ ਔਰ ਆਪ ਬਾਥਰੂਮ ਚ ਬਾਹਰ ਨਿਕਲ ਕੇ ਇਕੱਲਾ ਹੀ ਦੰਨਾਂ ਚ ਤੀਲ ਮਾਰਨ ਡਿਆ
ਆ ਜਾ ਕੇ ਉੱਥੇ ਲਿਖਿਆ 3 ਰੁਪਏ ਵੱਡਾ ਤੇ 5 ਰੁਪਏ ਛੋਟਾ। ਉੱਥੇ ਬਾਥਰੂਮ ਵਾਲੇ ਨੂੰ ਪੁੱਛਣ ਡਿਆ ਚਾਚੇ ਜੀ ਅੰਦਰ ਫਿਲਮ ਕਿਹੜੀ ਲੱਗੀ ਆ। ਅਸੀਂ ਤਾਂ ਬਦਮਾਸ਼ ਆ। ਉਹ ਕਿਹੜਾ ਬਦਮਾਸ਼ ਆ ਤੂੰ ਰੂੜੀਆਂ ਲੁੱਟਣਾ। ਇੰਜ ਕਰਕੇ ਲੈਟਰੀ ਚ ਨਿਕਲਿਆ ਕਹਿੰਦੇ ਪੈਸੇ ਮੈਂ ਕਿਹਾ ਸਟਾਫ ਸਟਾਫ ਤੇ ਚਲੋ ਅਮਲਾ ਹੁੰਦਾ ਪਾਣੀ ਸੁੱਟਣ ਵਾਲਾ। ਇਹ ਵੀ ਬਾਥਰੂਮ ਚ ਬਾਹਰ ਨਿਕਲ ਕੇ ਉਹਨਾਂ ਕਹੇ ਪੈਸੇ ਕਹਿੰਦਾ ਜੀ ਸਟੂਡੈਂਟ। ਉਹ ਸਾਲਿਆ ਉੱਥੇ ਕਾਹਦਾ ਸਟੂਡੈਂਟ ਹੁੰਦਾ। ਅੱਛਾ ਚੌਂਕ ਚ ਕੁੱਤਾ ਬੈਠਾ ਤੇ ਡਰ ਗਿਆ ਕਹਿੰਦਾ ਇਸ ਤੋਂ ਪਹਿਲਾਂ ਇਹ ਮੈਨੂੰ ਪੈ ਜਾ ਮੈਂ ਕਿਉਂ ਨਾ ਪੈ ਜਾ। ਇੱਕ ਸ਼ਰਾਬ ਪੀ ਕੇ ਖੋਤੇ ਨੂੰ ਕਹਿਣ ਡਿਆ ਬਾ ਬਾਹਰ ਹੀ ਫਿਰਦੇ ਰਹਿਣਾ ਘਰ ਨਹੀਂ ਆਉਣਾ। ਤੇ ਆ ਬੇਟਾ ਇਹ ਜਿਹਾ ਬੰਦਾ ਘਰ ਬੈਠੇ ਸੋਚਣ ਦੇ ਹੁੰਦੇ ਯਾਰ ਕੁੱਤਾ ਰੱਖ ਲਵਾਂ ਫਿਰ ਕਹਿੰਦੇ ਮੈਂ ਵੀ ਤਾਂ ਘਰ ਹੀ ਹੁੰਦਾ। ਮੈਂ ਤੈਨੂੰ ਮੈਂ ਕਦੀ ਰੱਖਿਆ ਬਾਬਾ ਕਿੰਨੂ ਖਾਂਦਾ ਤੇ ਬਾਬਾ ਜੀ ਖਾਂਦੇ ਸੀ ਕਿੰਨੂ ਆ ਮੱਝ ਤੇ ਬੈਠਾ ਕਹਿੰਦਾ ਠੰਡ ਲੱਗਣੀ ਸ਼ੀਸ਼ੇ ਚਾੜ ਲੋ।